ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸ਼ਮਿੰਦਰ ਸਿੰਘ ਸਕਾਈ ਹੌਕ ਟਾਈਮਸ ਤੋਂ, ਤੇ ਅੱਜ ਅਸੀਂ ਖੜੇ ਹਾਂ ਨਗਰ ਕੌਂਸਲ ਦੇ ਦਫ਼ਤਰ ਤੇ ਜਿਵੇਂ ਕਿ ਸਾਡੇ ਖਰੜ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਹਲਕਾ ਖਰੜ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਖਰੜ ਦੇ ਵਿੱਚ ਬਿਲਕੁਲ ਵੀ ਗੰਦਗੀ ਨਹੀਂ ਹੋਣੀ ਚਾਹੀਦੀ। ਨਗਰ ਕੌਂਸਲ ਦੇ ਅਧਿਕਾਰੀ ਸ਼੍ਰੀ ਬਲਵੀਰ ਢਾਕਾ ਅਤੇ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਕੌਂਸਲ ਟੀਮ ਵੱਲੋਂ ਖਰੜ ਦੇ ਗਾਂਧੀ ਬਾਜ਼ਾਰ ਵਿੱਚ ਦੁਕਾਨਦਾਰਾਂ ਤੇ ਗਾਹਕਾਂ ਨੂੰ ਕੱਪੜੇ ਦੇ ਥੈਲੇ ਵੰਡੇ ਗਏ। ਸੀਵਰੇਜ ਬੰਦ ਹੋ ਰਿਹਾ, ਨਾਲੀਆਂ ਬੰਦ ਹੋ ਰਹੀ ਹੈ ਤੇ ਕਿੰਨੀ ਗੰਦਗੀ ਫੈਲ ਰਹੀ ਹੈ, ਬਿਮਾਰੀ ਆਪਾਂ ਨੂੰ ਸਾਰਿਆਂ ਨੂੰ ਲੱਗਦੀ ਹੈ। ਇਸ ਲਈ ਅੱਜ ਅਸੀਂ ਇੱਕ ਸੰਦੇਸ਼ ਲੈ ਕੇ ਆਏ ਹਾਂ ਵੀ ਆਪਾਂ ਪੋਲੀਥੀਨ ਨੂੰ ਬੰਦ ਕਰਨਾ ਹੈ। ਪੋਲੀਥੀਨ ਨੂੰ ਬੰਦ ਕਰਨ ਵਾਸਤੇ ਅਸੀਂ ਮੇਨ ਬਾਜ਼ਾਰ 'ਚ ਆਏ ਹਾਂ। ਮੇਨ ਇਹ ਅਸੀਂ ਸੰਦੇਸ਼ ਤੁਸੀਂ ਹੈ ਨਾ, ਇੱਕ ਆਇਨਾ ਹੈਗੀ ਉਹ ਸਾਰੇ ਮਾਰਕੀਟ ਵਾਸਤੇ। ਇਹ ਨਹੀਂ ਵੀ ਤੁਹਾਨੂੰ ਅਸੀਂ ਠੇਲਾ ਦੇ ਕੇ ਆਪਾਂ ਫੋਟੋ ਖਿਚਾਉਣਾ ਕੰਮ ਕਰਨਾ ਹੈ। ਇਹ ਜਿਹੜੀ ਫੋਟੋ ਦੇਖ ਕੇ 50 ਬੰਦੇ, 100 ਬੰਦੇ, 200 ਬੰਦੇ, ਇਸ ਤਰ੍ਹਾਂ ਸਾਰੇ ਸ਼ਹਿਰ ਨੂੰ ਅਸੀਂ ਜਾਗਰੂਕ ਕਰਨਾ ਹੈ। ਅਤੇ ਇਸ ਕਰਕੇ ਤੁਸੀਂ ਸਭ ਤੋਂ ਜਿਹੜੀ ਤੁਹਾਨੂੰ ਵਧਾਈ ਦੇ ਪਾਤਰ ਹੋ ਵੀ ਤੁਸੀਂ ਇੱਕ ਸੰਦੇਸ਼ ਬਣ ਕੇ ਅੱਜ ਸਾਰੇ ਸ਼ਹਿਰ ਵਾਸਤੇ ਆਪਾਂ ਇਕੱਠੇ ਹੋਏ ਹਾਂ। ਆਪਾਂ ਖਰੜ ਨਿਵਾਸੀ ਆਪਾਂ ਪ੍ਰਣ ਕਰਦੇ ਹਾਂ ਵੀ ਅੱਗੇ ਤੋਂ ਪੋਲੀਥੀਨ ਤੋਂ ਮੁਕਤੀ ਪਾਣੀ ਹੈ। ਇਹ ਕਿੰਨੇ ਬਸ ਵਧੀਆ ਥੈਲੇ ਅਸੀਂ ਬਣਾਏ ਹੈ, ਇਸ ਦੇ ਵਿੱਚ ਸਾਰੇ ਘਰ ਦੀ ਸਬਜ਼ੀ। ਤੁਸੀਂ ਅਗਲੇ ਨੂੰ ਕਹਿੰਦੇ ਵੀ ਮੈਨੂੰ ਪੋਲੀਥੀਨ ਨਹੀਂ ਦੇਣਾ, ਜਿਹੜੀ ਸਬਜ਼ੀ ਇਹਦੇ 'ਚ ਪਾਈ ਜਾ, ਇਹ ਤੁਹਾਡਾ ਆ ਕੇ ਤੁਸੀਂ ਇਹਨੂੰ ਸੰਭਾਲ ਕੇ ਰੱਖ ਦਿਓ, ਤੁਹਾਡੇ ਮੰਨੋ ਇਹ 2-3 ਸਾਲ 5 ਸਾਲ ਨਹੀਂ ਜਾਏਗਾ। ਸਾਰੇ ਦੁਕਾਨਦਾਰ ਹੈ ਕਿ ਜਿਹੜਾ ਪਿੱਛੇ ਤੋਂ ਚੀਜ਼ਾਂ ਉਹਦੇ 'ਚ ਰੈਪਰ 'ਚ ਆ ਰਹੀਆਂ ਨੇ, ਪਲਾਸਟਿਕ 'ਚ ਆ ਰਹੀਆਂ ਨੇ, ਉਹਨਾਂ ਦਾ ਕੀ ਮਸਲਾ ਹੱਲ ਹੋਗਾ? ਗੰਦਗੀ ਤਾਂ ਉਹ ਹੀ ਫੈਲਾ ਰਹੀ ਜਾਂਦਾ। ਇਸ ਤਰ੍ਹਾਂ ਜੀ, ਇਹ ਗੱਲ ਤੁਹਾਡੀ ਅਸੀਂ ਸਮਝ ਰਹੇ ਹਾਂ, ਪਰੰਤੂ ਜਿਹੜੀ ਚੀਜ਼ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ, ਗੱਲ ਸੁਣੋ, ਕੋਸ਼ਿਸ਼ ਮੈਡਮ ਇਹ ਗੱਲ ਸੁਣੋ, ਹਰ ਆਪਣੀ ਕੋਸ਼ਿਸ਼ ਹੈ, ਗੱਲ ਸੁਣੋ। ਇੱਕ ਜੇ ਮੇਰੇ ਕੋਲ ਕੁਛ ਵੀ ਨਹੀਂ ਹੈ, ਜੇ ਕੋਈ ਵੀ ਚੀਜ਼ ਨਹੀਂ ਹੈ, ਤਾਂ ਮੇਰੀ ਮਜਬੂਰੀ ਹੈ ਕੁਛ ਚੀਜ਼ ਤਾਂ ਪਾ ਕੇ ਲਿਆਉਣਾ ਵਾ। ਹੁਣ ਤੁਸੀਂ ਇਹਦੇ 'ਚ ਆਲੂ ਵੀ ਪਾ ਸਕਦੇ ਹੋ, ਟਮਾਟਰ ਵੀ ਪਾ ਸਕਦੇ ਹੋ, ਬੱਚਤ ਹੋ ਸਕਦੀ ਹੈ ਨਾ। ਆਪਾਂ ਇਹ ਆਈਨੇ ਦਾ ਮਤਲਬ ਕੀ, ਆਪਾਂ ਚੀਜ਼ ਦੀ ਸ਼ੁਰੂਆਤ ਕਰਨੀ ਹੈ। ਹੁਣ ਆਪਾਂ ਨੈਗੇਟਿਵ ਚੀਜ਼ ਦੇ ਪਿੱਛੇ ਚੱਲੇ ਜਾਵਾਂਗੇ ਤਾਂ ਫਿਰ ਆਪਾਂ ਯੂਜ ਬੰਦ ਕਰਨਾ ਹੈ, ਸੰਭਾਲ ਕੇ ਰੱਖਣਾ, ਬਹੁਤ ਵਧੀਆ ਮਿਲਦਾ ਕੀ ਨਾਮ ਹੈ ਜੀ ਆਪਣਾ? ਚੰਦਰਪਾਲ ਸਾਨੀਆ ਜੀ। ਤੁਹਾਨੂੰ ਨਗਰ ਕੌਂਸਲ ਵੱਲੋਂ ਅੱਜ ਥੈਲਾ ਦਿੱਤਾ ਗਿਆ? ਹਾਂਜੀ। ਤੇ ਤੁਸੀਂ ਸਮਝ ਗਏ ਕੀ ਇਹ ਕੀ? ਹਾਂਜੀ, ਮਕਸਦ ਹੈ ਪ੍ਰਦੂਸ਼ਣ ਕਰਕੇ ਜਿਹੜਾ ਕਚਰਾ ਕੁਚਰਾ ਹੈਗਾ ਜੀ ਪੋਲੀਥੀਨ ਦਾ, ਇਹ ਨਹੀਂ ਹੋਣਾ ਚਾਹੀਦਾ। ਹਾਂਜੀ, ਇਹਦੇ ਨਾਲ ਬਹੁਤ ਬਿਮਾਰੀਆਂ ਨੇ, ਲੋਕ ਇਸ ਪਾਣੀ ਪੂਣੀ ਦੀ ਹੋਰ ਸੀ, ਫਿਰ ਸਾਰੇ ਬੰਦ ਹੋ ਜਾਂਦੇ। ਤੁਸੀਂ ਸਹਿਮਤ ਹੋ ਇਹਨਾਂ ਦੀ? ਬਿਲਕੁਲ ਜੀ, ਬਿਲਕੁਲ ਹਾਂ, ਇਹ ਜੀ ਬੰਦ ਹੋਣਾ ਚਾਹੀਦਾ, ਬੰਦ ਹੋਣਾ। ਪਿੱਛੋਂ ਫੈਕਟਰੀਆਂ ਤੋਂ ਵੀ ਬੰਦ ਹੋਣਾ ਚਾਹੀਦਾ ਜੀ, ਛੋਟੇ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਨ, ਫੈਕਟਰੀਆਂ ਵੀ ਬੰਦ ਕਰਨੀਆਂ ਚਾਹੀਦੀਆਂ ਨੇ। ਹਾਂਜੀ, ਠੀਕ ਹੈ ਜੀ। ਇਸ ਦੌਰਾਨ ਪਲਾਸਟਿਕ ਦੇ ਲਿਫਾਫਿਆਂ ਤੋਂ ਨਿਜਾਤ ਦਿਵਾਉਣ ਲਈ ਨਗਰ ਕੌਂਸਲ ਆਫਿਸ ਵਿੱਚ ਸਾਰੇ ਸਟਾਫ ਨੂੰ ਪਲਾਸਟਿਕ ਦੇ ਲਿਫਾਫਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਥੈਲੇ ਵੰਡੇ ਗਏ। ਹਾਂਜੀ,
शहर की सफाई व्यवस्था को मुख रखते हुए असी अभियान चलाया है कि सारे शहर में पोलीथीन मुक्त किया जाए। इस दी पहल करते हुए नगर कौंसल खरड़ वालों पोलीथीन के ठेले तैयार किए गए हैं, जिन्हों वालों जिस किसी ने भी बाजार के समान लेना है, सब्जी लेनी है, पोलीथीन तो जिहड़ा छुटकारा पाने वास्ते ये थैले आपके घर तो लेके जाएंगे। इस दी शुरुआत अज असी ईओ साहब, सूद साहब ते प्रधान जी साढ़े मेस जी ते समूह नगर कौंसल दे स्टाफ जिहड़े है अज असी इकट्ठे होके प्रण करते हाँ भी असी लोगों को जागरूक करांगे ते इस वजों जिहड़े है अज सारे स्टाफ नूं असी ये बेग तकसीम करांगे। इस तों इलावा शहर दे विच अलग अलग थां ते जाके असी प्रचार करांगे ते इस काम लई जिहड़े है मैं ईओ साहब नूं ते मेस जी नूं मैं बेनती करता भी ये सारे स्टाफ नूं जिहड़े है ये बेग तकसीम एक मिनट फड़ इस तो इलावा इतने मैडम आए हैं जिहड़े अपने आपदे सरकारी को कम वास्ते आए हैं, असी उन्होंने भी वेख दे के बेनती कर रहे हैं भी जाके आपदे बल्ले से हाँ जी नगर कौंसल खरड़ वालों जो प्लास्टिक मुक्त शहर करन दा उपराला किया जा रहा है पहला तो ही पिछले जदों तो कोविड शुरू हो उदों तो इस उपराले दे विच असी लगातार चलते आ रहे हैं। हुण फिर असी नवे बैग मंगवाए सीगे जिहड़े कि साढ़े शहर दे विच किसी नूं भी पॉलिसी लैके जाण दी जरूरत नहीं है। किसी बैग दे विच आपदा समान लेके आ सकदे, कोई भी चीज़ है जिहड़ी मजबूत बैग है ये नहीं है कि सड़ियाँ टुट जाएगियाँ फट जाएगा कुछ भी किसी तरह का, सब बिल्कुल टॉप का है। जो भी घर का घरेलू समान ये आ सकता है वो आसानी के नाल व्यक्ति लैके आ सकता है। तो साडा जिहड़ा टीचा है कि हर घर के बैग होवे ते हर घर तो जिहड़ा पोलीथीन है वह मुक्त होवे। कितनियां टीमां बनाईयां तुसीं इह वंडण वास्ते? सर जी 3 टीमां तैयार कीतियां जिहदे विच साडे हरदर्शनजीत सिंह जी ने, सुपरिंटेंडेंट तौर पर सरदार श्री ढाका जी ने, ते साडे चीफ साहब जोगे रजेश जी ने, वो भी इस काम दे विच अपने अपने एरिए दे विच लगे हुए ने ते उपराला शुरू है साडा ते अगे भी ये काम साडा जारी रहेगा। थैंक यू।